ਸੀ ਉਸ ਨੀਂਦ ਵਿੱਚ ਕੋਈ ਵੀ ਆਹਟ ਕਰ ਦੇਵੇ ਜਾਗ ਖੁੱਲ ਜਾਂਦੇ ਹੈ। ਇੱਕ ਨੀਂਦ ਉਸ ਤੋਂ ਅਗਲੀ ਹੈ ਜਿਹਨੂੰ ਬੇਹੋਸ਼ੀ ਆਖਦੇ ਨੇ, ਉਹ ਕਿਸੇ ਵੀ ਆਹਟ ਨਾਲ ਨਹੀਂ ਖੁੱਲਦੀ। ਉਹ ਡਾਕਟਰ ਇੰਜੈਕਸ਼ਨ ਲਗਾਉਂਦੇ ਨੇ, ਸਾਧਨਾ ਬਣਾਉਂਦੇ ਨੇ, ਉਹਦੇ ਨਾਲ ਖੁੱਲਦੀ। ਤੇ ਜੇ ਉਹ ਵੀ ਹਾਰ ਜਾਣ, ਨੀਂਦ ਨਾ ਖੁੱਲੇ, ਤਾਂ ਤੀਜੀ ਨੀਂਦ ਨੂੰ ਸਦਾ ਦੀ ਨੀਂਦ ਆਖਦੇ ਨੇ। ਮੌਤ ਨੂੰ ਵੀ ਨੀਂਦ ਆਖਿਆ ਗਿਆ, ਗੁਰਬਾਣੀ ਨੇ ਵੀ ਆਖਿਆ। ਹਰ ਗੱਲ ਵਿੱਚ ਸਾਨੂੰ ਗੁਰਬਾਣੀ ਦਾ ਸਹਾਰਾ ਲੈਣਾ ਜ਼ਰੂਰੀ ਹੈ ਕਿ ਅਸੀਂ ਜੋ ਗੱਲ ਕਰੀਏ ਉਹ ਗੁਰਬਾਣੀ ਦੀ ਰੋਸ਼ਨੀ ਚ ਹੋਵੇ। ਬਾਬਾ ਫਰੀਦ ਨੇ ਆਖਿਆ, ਬੇਹੋਸ਼ੀ ਵਿੱਚ ਕੁਛ ਹੈ,
ਜਦੋਂ ਜਾਗ ਵੀ ਪਵੇ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਮੈਂ ਕਿੱਥੇ ਸਾਂ। ਬਲਕਿ ਕੋਲ ਬੈਠੇ ਆਦਮੀ ਕੋਲੋਂ ਪੁੱਛਦਾ ਮੈਨੂੰ ਕੀ ਹੋਇਆ ਸੀ, ਮੈਂ ਕਿੱਥੇ ਆ। ਤੇ ਆਖਰੀ ਨੀਂਦ ਜਿਹੜੀ ਹੈ ਉਹਦੇ ਵਿੱਚ ਤੇ ਮਨੁੱਖ ਜਾਗਦਾ ਹੀ ਨਹੀਂ, ਨਾ ਪੁੱਛਦਾ ਉਹਨਾਂ ਨੀਂਦਾਂ ਵਿੱਚ ਕੁਝ ਨਹੀਂ। ਇੱਕ ਪਹਿਲੀ ਨੀਂਦ ਜਿਹੜੀ ਸਾਡੇ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਹੈ, ਇਸੇ ਲਈ ਗੁਰੂ ਨੇ ਇਸ ਨੀਂਦ ਦਾ ਹੀ ਬਾਰ ਬਾਰ ਜ਼ਿਕਰ ਕੀਤਾ ਹੈ। ਨੀਂਦ ਖੁਲਾਉਣ ਦਾ ਜ਼ਿਕਰ ਵੀ ਇੱਥੇ ਹੀ ਹੈ। ਕਿਉਂ? ਕਿਉਂਕਿ ਇਸ ਨੀਂਦ ਵਿੱਚ ਕੁਝ ਹੈ ਕੀ ਹੈ ਆਪਾਂ ਅੱਜ ਇਹ ਵਿਚਾਰਾਂਗੇ। ਕਿਸ ਰੂਪ ਵਿੱਚ ਇਸ ਨੀਂਦ ਵਿੱਚ ਹੈ ਸੁਪਨਾ, ਉਹ ਇਸੇ ਨੀਂਦ ਵਿੱਚ ਆਉਂਦਾ ਹੈ। ਤੇ ਸੁਪਨੇ ਦੀ ਆਪਣੀ ਦੁਨੀਆ ਹੈ। ਇਹ ਗੱਲ ਵੱਖਰੀ ਹੈ ਕਿ ਗੁਰੂ ਨੇ ਇਸ ਨੀਂਦ ਵਿੱਚ ਆਏ ਹੋਏ ਸੁਪਨੇ ਨੂੰ ਕੋਈ ਮਹੱਤਤਾ ਨਹੀਂ ਦਿੱਤੀ, ਬਲਕਿ ਬਾਰ ਬਾਰ ਆਖਿਆ ਇਸ ਸੁਪਨੇ ਤੇ, ਨੀਂਦ ਤੇ ਸੁਪਨੇ ਤੇ ਵਿਸ਼ਵਾਸ ਨਾ ਕਰੀ। ਇਹ ਮਨੁੱਖ ਕਰਦਾ ਵੀ ਨਹੀਂ ਸੀ। ਜੇ ਇਸ ਨੀਂਦ ਵਿੱਚ ਸੁਪਨਾ ਆ ਜਾਏ, ਕੋਈ ਬਹੁਤ ਨਜ਼ਦੀਕੀ ਮਿੱਤਰ ਚੱਲ ਵਸੇ ਮਨੁੱਖ ਰੋਂਦਾ ਸੁਪਨੇ ਵਿੱਚ, ਦੁਖੀ ਹੁੰਦਾ, ਪਰੇਸ਼ਾਨ ਹੁੰਦਾ ਸੁਪਨੇ ਵਿੱਚ, ਅਚਾਨਕ ਉਹ ਸੁਪਨਾ ਟੁੱਟ ਜਾ ਕਹਿੰਦਾ ਸ਼ੁਕਰ ਹੋਇਆ ਕੋਈ ਨਹੀਂ ਕਿਹਾ ਐਵੇਂ ਮੈਨੂੰ ਸੁਪਨਾ ਹੀ ਸੀ। ਉਹਨੇ ਕਦੀ ਨਹੀਂ ਆਖਿਆ ਉੱਠ ਕੇ ਪੁੱਛੋ ਫਲਾਣਾ ਆਦਮੀ ਠੀਕ ਹੈ ਮੈਨੂੰ ਸੁਪਨਾ ਆਇਆ, ਕਿਉਂਕਿ ਇਸ ਸੁਪਨੇ ਤੇ ਵਿਸ਼ਵਾਸ ਨਹੀਂ। ਗੁਰੂ ਨੇ ਆਖਿਆ ਜਿਹਦੇ ਤੇ ਵਿਸ਼ਵਾਸ ਨਾ ਹੋਵੇ ਉਹ ਸੁਪਨਾ ਹੈ। ਜੀਵਨ ਨੂੰ ਆਖਿਆ ਤੇਰੇ ਤੇ ਵੀ ਵਿਸ਼ਵਾਸ ਨਹੀਂ ਇਸ ਲਈ ਤੂੰ ਵੀ ਸੁਪਨਾ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਆਪਾਂ ਜ਼ਰਾ ਸੁਪਨੇ ਤੇ ਵਿਚਾਰ ਕਰਨੇ, ਕਿਉਂ ਇਸਨੂੰ ਸੁਪਨਾ ਕਿਉਂ ਕਹਿ ਦਿੱਤਾ? ਕਿਉਂਕਿ ਨੀਂਦ ਵਿੱਚ ਆਉਣ ਵਾਲਾ ਸੁਪਨਾ ਮੇਰਾ ਨਹੀਂ, ਨਾ ਮੇਰੇ ਵੱਸ ਹੈ। ਕਦੀ ਮਨੁੱਖ ਨਹੀਂ ਸੋਚਦਾ ਮੈਂ ਅੱਜ ਰਾਤ ਨੂੰ ਆਹ ਸੁਪਨਾ ਲੈਣਾ, ਪਤਾ ਹੀ ਨਹੀਂ ਕਿਹੜਾ ਸੁਪਨਾ ਆ ਗਿਆ। ਤੇ ਨਾ ਹੀ ਸੁਪਨੇ ਨੂੰ ਮਨੁੱਖ ਆਪਣੀ ਮਰਜ਼ੀ ਨਾਲ ਤੋੜ ਸਕਦਾ, ਨਾ ਹੀ ਜੋੜ ਸਕਦਾ, ਬਣਾ ਸਕਦਾ ਰਾਤ ਦੇ ਸੁਪਨੇ ਨੂੰ ਵੀ ਮੈਂ ਇਹੋ ਜਿਹਾ ਸੁਪਨਾ ਲੈਣਾ। ਤੇ ਨਾ ਹੀ ਉਹ ਸੁਪਨੇ ਨੂੰ ਤੋੜ ਸਕਦਾ ਵੀ ਸੁਪਨਾ ਬੜਾ ਮਾੜਾ ਮੈਂ ਤੋੜ ਦੇ, ਨਹੀਂ ਉਹ ਤਾਂ ਜਦੋਂ ਨੀਂਦ ਖੁੱਲਣੀ ਹੈ ਉਹਦਾ ਹੀ ਟੁੱਟਣਾ। ਤੇ ਗੁਰੂ ਕਹਿੰਦੇ ਨੇ ਮੈਂ ਜੀਵਨ ਨੂੰ ਵੀ ਇਸੇ ਲਈ ਸੁਪਨਾ ਆਖਿਆ ਕਿਉਂਕਿ ਨਾ ਕਿ ਤੇਰੀ ਮਰਜ਼ੀ ਨਾਲ ਤੈਨੂੰ ਮਿਲਿਆ, ਨਾ ਤੇਰੀ ਮਰਜ਼ੀ ਨਾਲ ਤੇਰੇ ਕੋਲੋਂ ਜਾਣਾ ਹੈ, ਸੁਪਨਾ ਹੀ ਹੋਇਆ ਨਾ। ਬੜੀ ਗੰਭੀਰਤਾ ਨਾਲ ਅੱਜ ਦੇ ਮਕਸਦ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਕਹਿਣ ਲੱਗੇ ਮੈਂ ਜੀਵਨ ਨੂੰ ਵੀ ਸੁਪਨਾ ਕਿਉਂ ਆਖ ਰਿਹਾ? ਕਿਉਂਕਿ ਨਾ ਇਹ ਤੇਰੀ ਮਰਜ਼ੀ ਨਾਲ ਤੈਨੂੰ ਮਿਲਿਆ, ਤੂੰ ਆਖੇ ਮੈਂ ਇਹੋ ਜਿਹਾ ਜਨਮ ਲੈਣਾ, ਇਹਦੇ ਘਰ ਵਿੱਚ ਲੈਣਾ, ਇਸ ਸ਼ਹਿਰ ਵਿੱਚ ਲੈਣਾ, ਇਸ ਕੌਮ ਵਿੱਚ ਲੈਣਾ, ਬਿਲਕੁਲ ਤੇਰੀ ਮਰਜ਼ੀ ਨਹੀਂ ਚੱਲਦੀ, ਤੂੰ ਜਨਮ ਇੱਥੇ ਲੈਣਾ। ਤੇ ਨਾ ਤੇਰੀ ਮਰਜ਼ੀ ਨਾਲ ਮੌਤ ਹੈ ਵੀ ਮੈਂ ਅਜੇ ਨਹੀਂ ਮਰਨਾ। ਇਸੇ ਲਈ ਗੁਰੂ ਨੇ ਕਹਿ ਦਿੱਤਾ ਇਹ ਜੰਮਣ ਤੇ ਮਰਨਾ ਹੁਕਮ ਹੈ, ਭਾੜਿਆ ਤੇਰੇ ਹੱਥ ਵਿੱਚ ਕੁਝ ਨਹੀਂ। ਜਿਹੜੀ ਚੀਜ਼ ਤੇਰੇ ਹੱਥ ਨਹੀਂ ਉਹ ਸੁਪਨਾ, ਨੀਂਦ ਦਾ ਸੁਪਨਾ ਗੁਰੂ ਨੇ ਆਖਿਆ।
जग जीवन ऐसा सपने जैसा जीवन सपन समान पर साच कर हम गांठ देने ਮਹਿਤੇ ਸੀ ਨੀਂਦ ਦੇ ਸੁਪਨੇ ਨੂੰ ਅਸਲ ਸਮਝ ਰਿਹਾ ਗੰਢ ਬਣ ਗਿਆ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਜਿਹੜੇ ਮਿਥਿਆ ਮਨੋਰਥ ਸਨ ਝੂਠੇ ਸਨ ਸੁਪਨੇ ਦੇ ਸਨ ਜਿਹੜੀਆਂ ਖੁਸ਼ੀਆਂ ਖੇੜੇ ਸੁਪਨੇ ਦੇ ਸਨ ਜਿਹੜਾ ਮਨੁੱਖ ਗੁਰੂ ਨੂੰ ਨਹੀਂ ਸਮਝਦਾ ਬਾਣੀ ਨੂੰ ਨਹੀਂ ਸਮਝਦਾ ਉਹ ਉਹਨਾਂ ਨੂੰ ਸੱਤ ਸਮਝਦਾ ਹੈ ਇਸੇ ਲਈ ਦੁਖੀ ਹੁੰਦਾ ਸੁਪਨੇ ਵਿੱਚ ਵੀ ਦੁਖੀ ਹੁੰਦਾ ਸੁਪਨੇ ਵਿੱਚ ਵੀ ਸੁਖੀ ਹੁੰਦਾ ਗੁਰੂ ਨੇ ਬਾਰ ਬਾਰ ਸਪਸ਼ਟ ਗੱਲ ਸਮਝਾਈ ਕਹਿਣ ਲੱਗੇ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਮੁੱਖ ਸੱਤ ਕਹੇ ਜਿਹੜਾ ਮਨਮੁੱਖ ਹੈ ਗੁਰੂ ਨੂੰ ਨਹੀਂ ਸਮਝਦਾ ਗੁਰੂ ਨੂੰ ਨਹੀਂ ਜਾਣਦਾ ਜਿਹੜਾ ਗੁਰਬਾਣੀ ਨੂੰ ਨਹੀਂ ਸਮਝਦਾ ਉਹ ਉਹਨੂੰ ਸੱਤ ਸਮਝਦਾ ਸੁਪਨੇ ਨੀਂਦ ਦੇ ਸੁਪਨਿਆਂ ਦੀ ਕਬੂਤਾ ਹਾਲਾਂਕਿ ਗੁਰੂ ਕੋਲੋਂ ਪੁੱਛ ਨੀਂਦ ਦਾ ਸੁਪਨਾ ਲੈਣ ਵਾਲਾ ਕੋਈ ਮਨੁੱਖ ਤੇ ਉਹਨੂੰ ਸੱਤ ਸਮਝਣ ਵਾਲਾ ਕੌਣ ਹੈ ਗੁਰੂ ਨੇ ਆਖ ਦਿੱਤਾ ਜਿਹੜਾ ਨੀਂਦ ਦੇ ਸੁਪਨੇ ਨੂੰ ਸੱਚ ਸਮਝੀ ਬੈਠਾ ਹੈ ਬਲਕਿ ਗੁਰਬਾਣੀ ਨੇ ਹੋਰ ਸਪਸ਼ਟ ਕੀਤਾ ਤੇ ਕਹਿਣ ਲੱਗਾ ਜਗਦੇ ਨੂੰ ਸੁਪਨਾ ਆਉਂਦਾ ਹੀ ਸੁਪਨਾ ਹੀ ਸੌਣ ਬਲਕਿ ਇੱਥੋਂ ਤੱਕ ਆਖ ਦਿੱਤਾ ਕਿ ਇਹ ਜਿੰਨੀ ਦੇਰ ਨੀਂਦ ਹੋਵੇ ਉਨੀ ਦੇਰ ਹੀ ਆਉਂਦਾ ਹੈ ਜਦੋਂ ਇਹ ਰਾਤ ਦੇ ਸੁਪਨੇ ਨਾ ਆਉਣ ਨਾ ਉਦੋਂ ਸਮਝੋ ਨੀਂਦ ਖੁੱਲ ਗਈ ਜਾਗ ਪਈ ਤੇ ਮਨਮੁੱਖ ਇਸ ਨੂੰ ਸੱਚ ਸਮਝਦਾ ਹੈ ਪਰ ਇੱਕ ਹੋਰ ਖਿਆਲ ਕਰਿਓ ਇੱਕ ਸੁਪਨਾ ਦੇ ਵੀ ਆਉਂਦਾ ਲਓ ਕੰਪੇਅਰ ਕਰਨਾ ਇੱਕ ਸੁਪਨੇ ਰਾਤ ਨੂੰ ਆਉਂਦੇ ਨੇ ਜਿਹੜੇ ਗੁਰਮਤ ਨੇ ਸੱਤ ਨਹੀਂ ਮੰਨੇ ਉਹ ਕਿਉਂਕਿ ਨਾ ਸਾਡੀ ਮਰਜ਼ੀ ਨਾਲ ਆਉਂਦੇ ਨੇ ਨਾ ਸਾਡੀ ਮਰਜ਼ੀ ਨਾਲ ਜਾਂਦੇ ਨੇ ਇੱਥੋਂ ਤੱਕ ਕਿ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦਾ ਵੀ ਕੋਈ ਸਾਧਨ ਨਹੀਂ ਸੁਪਨੇ ਸੁਪਨੇ ਹੀ ਰਹਿੰਦੇ ਨੇ ਕਦੀ ਸਾਕਾਰ ਹੁੰਦੇ ਹੀ ਨਹੀਂ ਜੇ ਮਨੁੱਖ ਕੋਸ਼ਿਸ਼ ਕਰੇ ਕਿ ਸੁਪਨਾ ਜਿਹੜਾ ਰਾਤ ਨੂੰ ਮੈਨੂੰ ਆਇਆ ਹੈ ਉਹ ਮੈਂ ਸੁਪਨਾ ਸਾਕਾਰ ਕਰ ਲਵਾਂ ਉਹਨੇ ਬਾਣੀ ਛੱਡ ਗੁਰਬਾਣੀ ਵਿੱਚੋਂ ਆਪਾਂ ਅੱਜ ਦਾ ਮਸਲਾ ਚੰਗੀ ਤਰ੍ਹਾਂ ਸਪਸ਼ਟ ਕਰ ਸਿੰਘਾਸਨ ਤੇ ਸੁੱਤਾ ਸੁਪਨਾ ਸੁਪਨੇ ਵਿੱਚ ਮੰਗਤਾ ਭਿਖਾਰੀ ਹੋ ਗਿਆ ਹੁਣ ਸੁਪਨੇ ਵਿੱਚ ਉਹ ਕੋਈ ਸੰਘਰਸ਼ ਕਰ ਸਕਦਾ ਹੈ ਕਿ ਮੁੜ ਕੇ ਬਾਦਸ਼ਾਹ ਬਣ ਜਾਏ ਸੁਪਨਾ
ਉਹਦੀ ਮਰਜ਼ੀ ਨਾਲ ਨਾ ਆਉਣਾ, ਨਾ ਮਰਜ਼ੀ ਨਾਲ ਬਣਨਾ, ਨਾ ਉਹਦਾ ਸੰਘਰਸ਼ ਉਹਦੀ ਮੁੱਠੀ 'ਚ ਹੈ ਕਿ ਮੈਂ ਕਿਉਂ ਭਿਖਾਰੀ ਬਣ ਕੇ ਮੈਂ ਤੇ ਬਾਦਸ਼ਾਹ, ਪਹਿਲੇ ਤਾਂ ਉਹਨੂੰ ਬਾਦਸ਼ਾਹ ਪਾਣੀ ਯਾਦ ਹੀ ਨਹੀਂ ਰਹਿੰਦਾ। ਉਹ ਕਹਿੰਦਾ ਸੁਪਨਾ ਹੋਇਆ, ਗੁਰੂ ਤੇ ਇੱਥੋਂ ਤੱਕ ਕਹਿਤਾ, ਸੁਪਨੇ ਜਿਉਂ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ। ਗੁਰਬਾਣੀ ਤੋਂ ਕਹਿ ਸੁਪਨੇ ਵਿੱਚ ਤਾਂ ਮਨੁੱਖ ਨੂੰ ਰਾਤ ਵੀ ਭੁੱਲ ਜਾਂਦੀ ਹੈ ਕਿ ਮੈਂ ਰਾਤ ਨੂੰ ਸੁੱਤਾ, ਉਹ ਸਮਝਦਾ ਸਭ ਕੁਝ ਹੋ ਰਿਹਾ, ਦਿਨ ਹੀ ਰਾਤ ਨੂੰ ਵੀ ਦਿਨ ਬਣਾ ਰਹਿੰਦਾ, ਫੈਸਲੇ ਬਾਣੀ ਦੇ। ਸੁਪਨੇ ਜਿਉਂ ਸੁਪਨੇ ਨਿਸ ਭੁੱਲੀਐ ਰਾਤ ਭੁੱਲ ਜਾਂਦੀ, ਜਬ ਲਗ ਨਿੰਦਰਾ ਹੁੰਦੀ, ਜਦੋਂ ਤੱਕ ਨੀਂਦ ਵਿੱਚ ਹੁੰਦਾ, ਜਦੋਂ ਨੀਂਦ ਖੁੱਲਦੀ ਹੈ ਫਿਰ ਉਹਨੂੰ ਪਤਾ ਲੱਗਦਾ ਵੀ ਰਾਤ ਪਈ ਹੋਈ ਹੈ, ਮੈਂ ਤਾਂ ਸੁਪਨਾ ਪਿਆ ਵੇਖਦਾ ਸੀ। ਉਹ ਰਾਤ ਦਾ ਸੁਪਨਾ ਜਿਹੜਾ ਮਨੁੱਖ ਨੂੰ ਰਾਤ ਵੀ ਭੁਲਾ ਦਿੰਦਾ, ਆਪਣੇ ਦੋਸਤ ਵੀ ਭੁਲਾ ਦਿੰਦਾ, ਆਪਣੇ ਸਾਥੀ ਵੀ ਭੁਲਾ ਦਿੰਦਾ, ਇੱਥੋਂ ਤੱਕ ਰਾਤ ਦੇ ਸੁਪਨੇ ਵੇਖਣ ਵਾਲਾ ਗੁਰੂ ਵੀ ਭੁੱਲ ਜਾਂਦਾ, ਰੱਬ ਨੂੰ ਵੀ ਭੁੱਲ ਜਾਂਦਾ। ਆਪਣੇ ਪਾਸ ਕੋਈ ਰਾਤ ਦੇ ਸੁਪਨੇ ਤੇ ਗੁਰੂ ਕਹਿੰਦੇ ਨੇ ਰਾਤ ਦੇ ਸੁਪਨੇ ਸੁਪਨੇ ਜੀਵਨ ਨਹੀਂ ਹੁੰਦੇ, ਉਹਦੇ ਵਿੱਚ ਕੋਈ ਸੰਘਰਸ਼ ਨਹੀਂ, ਤੂੰ ਕੁਝ ਵੀ ਤਬਦੀਲੀ ਨਹੀਂ ਕਰ ਸਕਦਾ। ਜੇ ਤੂੰ ਆਖੇ ਮੈਂ ਨਰਪਤ ਤੋਂ ਭਿਖਾਰੀ ਹੋ ਗਈ, ਭਿਖਾਰੀ ਤੋਂ ਫਿਰ ਨਰਪਤ ਹੋ ਜਾਵਾਂ, ਇਹ ਗੱਲ ਨਹੀਂ। ਕਹਿਣ ਲੱਗੇ ਇੱਕ ਸੁਪਨਾ ਉਹ ਹੈ ਜਿਹਨੂੰ ਅਸੀਂ ਦਿਨ ਦਾ ਸੁਪਨਾ ਆਖਦੇ ਹਾਂ, ਉਹ ਦੁਨੀਆ ਦੇ ਹਾੜ ਮਨੁੱਖ ਕੋਲ ਕਿਹੜੇ ਘੋੜੇ ਨੇ ਉਹ ਲੋਕ ਜਿਹੜੇ ਰਾਤ ਦੇ ਸੁਪਨਿਆਂ ਤੇ ਤਬਦੀਲ ਕਰਦੇ ਨੇ, ਉਹਦੇ 'ਤੇ ਵਿਸ਼ਵਾਸ ਕਰਦੇ ਨੇ, ਪਰ ਦਿਨ ਦੇ ਸੁਪਨੇ ਨੂੰ ਐਵੇਂ ਹੀ ਸਮਝਦੇ ਨੇ। ਮੈਨੂੰ ਕਿਸੇ ਵੀਰ ਨੇ ਕਿਹਾ ਕਹਿੰਦਾ ਜਿਹੜਾ ਦੁਨੀਆਂ ਅੰਦਰ ਤੂੰ ਜਾਗਰਤੀ ਲਿਆਉਣਾ ਚਾਹੁੰਦਾ, ਗੁਰੂ ਨਾਲ ਜੁੜਨ ਵਾਲਾ ਮਕਸਦ ਪੈਦਾ, ਤੂੰ ਸੰਘਰਸ਼ ਕਰ ਰਿਹਾ, ਇਹ ਤੇਰੇ ਦਿਨ 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 ਵੇਖਣ ਦਿਨੇ ਵੇਖਣ ਵਾਲੇ ਸੁਪਨੇ ਨੇ, ਤੇਰੇ ਦਿਨੇ ਦਿਨੇ ਸੁਪਨੇ ਪਿਆ ਵੇਖਣੇ। ਉਸ ਵੀਰ ਨੂੰ ਗੱਲ ਪਹੁੰਚਾਉਣਾ ਚਾਹੁੰਦਾ ਸੀ, ਉਹ ਭਰਿਆ ਰਾਤ ਦੇ ਸੁਪਨਿਆਂ 'ਤੇ ਵਿਸ਼ਵਾਸ ਨਹੀਂ ਹੁੰਦਾ, ਉਹ ਆਪਣੇ ਨਹੀਂ ਹੁੰਦੇ, ਦਿਨ ਦੇ ਸੁਪਨੇ ਆਪਣੇ ਹੁੰਦੇ ਨੇ, ਉਹ ਆਪ ਨਹੀਂ ਸਿਰਜੀ ਦੇ। ਰਾਤ ਦੇ ਸੁਪਨੇ ਦਿਨ ਦੇ ਸੁਪਨੇ ਆਪ ਸਿਰਜੀ ਦੇ ਨੇ, ਕੋਈ ਦੁਨੀਆਂ ਦਾ ਮਨੁੱਖ ਨਹੀਂ ਜਿਹੜਾ ਦਿਨ ਦੇ ਸੁਪਨੇ ਨਹੀਂ ਸਿਰਜਦਾ। ਜਿਸ ਮਨੁੱਖ ਨੇ ਜ਼ਿੰਦਗੀ ਅੰਦਰ ਕੋਈ ਸੁਪਨਾ ਨਹੀਂ ਸਿਰਜਿਆ, ਉਹ ਤਾਂ ਜੀਵਨ ਹੀ ਰੁੱਖਾ ਹੋ ਗਿਆ, ਜਿਹਦਾ ਸੁਪਨਾ ਹੀ ਕੋਈ ਨਹੀਂ। ਅੱਜ ਕਿਸੇ ਦਾ ਬੱਚਾ ਉਹਦੇ ਖਿਆਲਾਂ ਮੁਤਾਬਕ ਡਾਕਟਰ ਬਣਨਾ ਚਾਹੇ ਤੇ ਬਣ ਜਾਏ, ਉਹ ਕਹਿੰਦਾ ਮੇਰਾ ਸੁਪਨਾ ਸੀ, ਹੈ ਮੇਰਾ ਸੁਪਨਾ ਸੀ ਮੇਰਾ ਬੱਚਾ ਡਾਕਟਰ ਬਣੇ, ਉਹ ਸੁਪਨਾ ਸਾਕਾਰ ਹੋ ਗਿਆ। ਕੋਈ ਮੈਨੂੰ ਰਾਤ ਦਾ ਸੁਪਨਾ ਸਾਕਾਰ ਕਰਕੇ ਵਿਖਾਵੇ। ਦੁਨੀਆ ਦਾ ਹਰ ਮਨੁੱਖ ਸੁਪਨੇ ਸਿਰਜਦਾ ਜੀ, ਦਿਨੇ ਸਿਰਜਦਾ, ਦਿਨੇ ਸਿਰਜਣ ਵਾਲੇ ਜਿੰਨੇ ਸੁਪਨੇ ਨੇ ਉਹਨਾਂ ਲਈ ਸੰਘਰਸ਼ ਕੀਤੇ ਜਾਂਦੇ ਨੇ। ਮੈਂ ਇੱਕ ਸੁਪਨਾ ਸਿਰਜਾਂ, ਤੁਸੀਂ ਇੱਕ ਸੁਪਨਾ ਸਿਰਜੋ ਕਿ ਮੈਂ ਪ੍ਰਾਈਮ ਮਿਨਿਸਟਰ ਬਣਨਾ, ਕੋਸ਼ਿਸ਼ ਕਰੋਗੇ ਨਾ, ਸੰਘਰਸ਼ ਹੈ, ਉਹ ਸੁਪਨਾ ਪੂਰਾ ਹੋ ਜਾਏ, ਤੁਸੀਂ ਆਖੋਗੇ ਮੇਰਾ ਸੁਪਨਾ ਸਾਕਾਰ ਹੋ ਗਿਆ। ਦੁਨੀਆ ਦਾ ਹਰ ਮਨੁੱਖ ਸੁਪਨੇ ਸਿਰਜਦਾ ਜੇ, ਸੁਪਨੇ ਵੀ ਹੋਣਾ ਜੀਵਨ, ਜੀਵਨ ਹੀ ਨੇ ਜਿਹੜਾ ਦਿਨੇ ਸੁਪਨੇ ਨਹੀਂ ਸਿਰਜਦਾ, ਸਿਰਜਣੇ ਪੈਂਦੇ। ਕਿਉਂ? ਕਿਉਂਕਿ ਦਿਨ ਦੇ ਸੁਪਨੇ ਸਿਰਜਣ ਵਾਲਾ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੰਘਰਸ਼ ਵੀ ਕਰਦਾ, ਆਪਣੇ ਸੁਪਨੇ ਉਹ ਦਿਨ ਦੇ ਚਾਨਣ ਵਿੱਚ ਸਿਰਜੇ ਹੋਏ, ਰਾਤ ਦੇ ਨਹੀਂ।
ਉਹਨਾਂ ਲਈ ਸੰਘਰਸ਼ ਵੀ ਕਰਦਾ ਹੈ। ਅਤੇ ਬਹੁਤਾਤ ਜਿਹੜੇ ਲੋਕ ਆਪਣੇ ਜੀਵਨ ਦੇ ਸੁਪਨਿਆਂ ਨੂੰ ਲਈ ਸੰਘਰਸ਼ ਕਰਦੇ ਨੇ ਉਹ ਲੋਕ ਸਫਲ ਵੀ ਹੁੰਦੇ ਨੇ। ਕਾਮਨਾ ਕੀ ਹੈ, ਕਮਾਈ ਕੀ ਹੈ, ਤੁਸੀਂ ਜੋ ਸੁਪਨਾ ਸਿਰਜਿਆ ਉਹਦੇ ਲਈ ਸੰਘਰਸ਼ ਕਰੋ। ਮੈਂ ਉਸ ਵੀਰ ਨੂੰ ਕਹਿਣਾ ਚਾਹੁੰਦਾ ਭਰਿਆ, ਮੈਂ ਰਾਤ ਦੇ ਅੰਧੇਰੇ ਤੇ ਸੁਪਨਿਆਂ ਤੇ ਬਲੀਵ ਨਹੀਂ ਕਰਦਾ। ਮੈਂ ਸ੍ਰੀ ਗੋਬਿੰਦ ਸਾਹਿਬ ਦੀ ਬਾਣੀ ਨਾਲ ਜੁੜਨ ਤੇ ਜੋੜਨ ਦਾ ਸੁਪਨਾ ਦਿਨੇ ਲਿਆ ਹੈ। ਗੁਰਬਾਣੀ ਦੀ ਗੁਰਬਾਣੀ ਇਸ ਜਗ ਮੈਂ ਚਾਨਣ ਵਿੱਚ ਦਿਨੇ ਲਿਆ ਹੈ। ਤੂੰ ਮੈਨੂੰ ਇਹ ਉਲੰਭਾ ਨਾ ਦੇ ਕਿ ਤੇਰੇ ਦਿਨ ਦੇ ਸੁਪਨੇ ਨੇ ਉਹ ਭਲਿਆ ਬਹੁਤ ਚੰਗਾ ਹੈ, ਮੇਰੇ ਹੈ ਨਹੀਂ ਦਿਨ ਦੇ ਸੁਪਨੇ, ਮੇਰੇ ਰਾਤ ਦੇ ਸੁਪਨੇ ਨਹੀਂ। ਮੈਂ ਦਿਨ ਦੇ ਚਾਨਣ ਵਿੱਚ ਸੁਪਨਾ ਲਿਆ, ਇਸੇ ਲਈ ਇਸ ਸੁਪਨੇ ਲਈ ਸੰਘਰਸ਼ ਵੀ ਸ਼ੁਰੂ ਕੀਤਾ ਹੋਇਆ, ਕਿਉਂਕਿ ਮੇਰਾ ਸੁਪਨਾ ਹੈ, ਮੈਂ ਇਹਨੂੰ ਸਾਕਾਰ ਕਰਨਾ ਚਾਹੁੰਦਾ। ਇਸੇ ਲਈ ਮੈਂ ਇਸ ਲਈ ਸੰਘਰਸ਼ ਵੀ ਸ਼ੁਰੂ ਕੀਤਾ, ਕਿਉਂਕਿ ਇਹ ਜਾਗਰਤੀ ਵਿੱਚ ਹੀ ਆ ਸਕਦਾ, ਇਹਦੇ ਵਿੱਚ ਸੌਣ ਦੀ ਕੋਈ ਥਾਂ ਨਹੀਂ। ਬਲਕਿ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਸੁੱਤੇ ਪਿਆ ਕੋਈ ਪ੍ਰਾਪਤੀ ਵੀ ਹੋ ਜਾਏ ਉਹ ਪ੍ਰਾਪਤੀ ਵੀ ਪ੍ਰਾਪਤੀ ਨਹੀਂ ਹੁੰਦੀ। ਈਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇਸ ਲਾਈਨ ਨੇ ਮੈਨੂੰ ਹੈਰਾਨ ਕਰ ਦਿੱਤਾ। ਜੇ ਸੁਪਨੇ ਵਿੱਚ ਤੈਨੂੰ ਰੱਬ ਵੀ ਮਿਲ ਪਵੇ ਫਿਰ ਵੀ ਨਾ ਮਿਲੇ ਵਰਗਾ ਹੈ ਰਾਤ ਦੇ ਸੁਪਨੇ ਚ। ਪੜ੍ਹ ਲਓ ਬਾਣੀ, ਸਮਝ ਲਓ ਬਾਣੀ। ਗੁਰੂ ਆਖਣ ਲੱਗੇ ਸੁਪਨੇ ਆਇਆ ਭੀ ਗਿਆ, ਸੁਪਨੇ ਵਿੱਚ ਰੱਬ ਆ ਗਿਆ ਚਲਾ ਵੀ ਗਿਆ, ਮੈਂ ਉਹਨੂੰ ਰੋਕ ਨਹੀਂ ਸਕਿਆ ਕਿਉਂਕਿ ਸੁਪਨੇ ਟੁੱਟ ਗਏ, ਮੈਂ ਰੋਂਦਾ ਹੀ ਰਹਿ। ਬਲਕਿ ਇਸੇ ਕਿਸਮ ਦਾ ਇਹ ਖਿਆਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਦਿੱਤਾ। ਕਹਿਣ ਲੱਗੇ ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਅਸੀਂ ਤਾਗਲ ਵੱਕੜੀ ਪਾਈ ਨਿਰਾ ਨੂਰ, ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰੇਤ ਲਾਈ ਕੰਬਦੀਆਂ ਕਿਲਾਈਆਂ। ਭਾਈ ਵੀਰ ਸਿੰਘ ਦੇ ਪੜ੍ਹ ਕੇ ਵੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ, ਮੈਂ ਤੈਨੂੰ ਰੋਕ ਨਾ ਸਕੀ, ਆਇਓ ਚਲਾ ਗਿਆ। ਰੋਕ ਕਿਉਂ ਨਹੀਂ ਸਕੀ, ਕਿਉਂਕਿ ਸੁਪਨੇ ਵਿੱਚ ਆਇਆ। ਮਿਹਰਬਾਨੀ ਕਿਹੜੀ ਦੀ, ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਕਹਿਣ ਲੱਗੇ ਹੁਣ ਮੇਰੇ ਕੋਲ ਸੰਘਰਸ਼ ਵੀ ਕੋਈ ਨਹੀਂ, ਆਏ ਨਾ ਸਕਾਂ ਤੂੰ ਵੀ ਤੈਨੂੰ ਪਿਆਰੇ ਭੇਜ ਨਾ ਸਕਾਂ ਕੋਈ, ਇਹ ਸੰਘਰਸ਼ ਸੁਪਨਾ ਸੀ, ਕੀ ਸੰਘਰਸ਼ ਕਰ। ਕਹਿਣ ਲੱਗੇ ਫਿਰ ਹੋਰ ਤਾਂ ਕੁਝ ਨਹੀਂ, ਆਓ ਸੁਭਾਗੀ ਨੀਂਦ, ਇਸ ਨਾਲ ਨੀਂਦ ਹੀ ਚੰਗੀ। ਜਿਨ੍ਹਾਂ ਦੇ ਸੁਪਨੇ ਚੰਗੇ ਵੀ ਹੋਣ ਨਾ, ਉਹ ਫਿਰ ਮੁੜ ਕੇ ਨੀਂਦ ਹੀ ਚਾਹੁੰਦੇ ਨੇ। ਜਾਗਣ ਦੇ ਸੁਪਨਿਆਂ ਵਾਲੀ ਗੱਲ ਨਹੀਂ, ਜਾਗ ਕੇ ਸੁਪਨੇ ਜਿਹੜੇ ਲੈ ਜਾਂਦੇ ਨੇ ਉਹਨਾਂ ਲਈ ਨੀਂਦ ਦੀ ਕੋਈ ਥਾਂ ਨਹੀਂ। ਆ ਜਿਹੜੇ ਆਮ ਜੀਵਨ ਵਿੱਚ ਲੋਕ ਜਾਗ ਕੇ ਸੁਪਨੇ ਆਪਣੇ ਸਿਰਜਦੇ ਨੇ ਨਾ, ਉਹ ਸੌਂਦੇ ਨੇ, ਉਸ ਸਮੇਂ ਰਾਤਾਂ ਨੂੰ ਜਾਗ ਜਾਗ ਕੇ ਓਵਰ ਟਾਈਮ ਕਿਉਂ ਲਗਾਉਂਦੇ ਨੇ। ਮੈਂ ਸੁਪਨਾ ਸਿਰਜਿਆ, ਮੈਂ ਬੜਾ ਚੰਗਾ ਮਕਾਨ ਲਵਾਂ, ਮੈਂ ਬੜੀ ਕੀਮਤੀ ਕੋਠੀ ਲਵਾਂ, ਮੈਂ ਕੀਮਤੀ ਕਾਰ ਲਵਾਂ, ਸੁਪਨੇ ਹੀ ਹੈ। ਹਰ ਦਾ ਆਪਣਾ ਆਪਣਾ ਉਹਦੇ ਲਈ ਉਹ ਦਿਨ ਰਾਤ ਸੰਘਰਸ਼ ਕਰਨਾ, ਕੋਈ ਉਹਨੂੰ ਆਖੇ ਨਾ ਵੀ ਤੂੰ ਇੰਨਾ ਕੰਮ ਕਿਉਂ ਕਰਨਾ ਰਾਤ ਨੂੰ ਤਾਂ ਆਰਾਮ ਨਾਲ, ਉਹ ਕਹਿੰਦਾ ਨਹੀਂ ਮੇਰਾ ਕੋਈ ਮੇਰੀ ਕੋਈ ਆਸ ਆ ਪੂਰੀ ਕਰਨੀ, ਮੇਰਾ ਕੋਈ ਸੁਪਨਾ। ਦਿਨ ਦਾ ਸੁਪਨਾ ਮਨੁੱਖ ਨੂੰ ਸੌਣ ਨਹੀਂ ਦਿੰਦਾ, ਰਾਤ ਦੇ ਸੁਪਨੇ ਨੀਂਦ ਭਰਦੇ ਨੇ। ਕਦੀ ਗਹਿਰਾਈ ਨਾਲ ਜਾ ਕੇ ਬੱਚੋ ਗੁਰਬਾਣੀ ਜੀਵਨ ਨੂੰ,
ਜੀ ਨੂੰ ਕਹਿਣਾ ਚਾਹੁੰਦਾ ਭਲਿਆ ਮੈਂ ਦਿਨ ਦੇ ਚਾਨਣ ਵਿੱਚ ਸੁਪਨਾ ਸਿਰਜਿਆ ਹੈ ਅਤੇ ਉਹ ਵੀ ਚਾਨਣ ਵੀ ਕਿਤੋਂ ਹੋਰ ਨਹੀਂ ਲਿਆ ਗੁਰਬਾਣੀ ਇਸ ਜਗ ਨੇ ਚਾਨਣ ਤੋਂ ਲਿਆ ਮੇਰਾ ਦਿਨ ਉਹੋ ਹੀ ਹੈ ਉਹਦੇ ਚਾਨਣ ਵਿੱਚ ਬੈਠ ਕੇ ਸੁਪਨਾ ਸਿਰਜਿਆ ਇਸ ਸੰਸਾਰ ਨੂੰ ਸਮਾਜ ਆਪਣੇ ਸਮਾਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਲਿਆ ਉਹਦੇ ਲਈ ਸੰਘਰਸ਼ ਵੀ ਕਰ ਲਿਆ ਤੇ ਆਸ ਵੀ ਹੈ ਨਿਰਾਸ਼ ਨਹੀਂ ਹੋਇਆ ਮੈਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਨਾ ਕਰ ਮੈਨੂੰ ਪੂਰਨ ਵਿਸ਼ਵਾਸ ਤੇ ਆਸ ਹੈ ਉਹ ਦਿਨ ਦੂਰ ਨਹੀਂ ਜਦੋਂ ਹਰ ਸਿੱਖ ਅਖਵਾਉਣ ਵਾਲਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇਗਾ ਬਾਹਰਲੀਆਂ ਰਚਨਾਵਾਂ ਸਭ ਕੁਛ ਛੱਡ ਕੇ ਬਾਹਰਲੀ ਦੇਵੀ ਦੇਵਤਿਆਂ ਦੀ ਪੂਜਾ ਛੱਡ ਕੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਤਨੇਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅੰਮ੍ਰਿਤ ਸਭ ਕੁਝ ਇੱਥੇ ਹੀ ਤਸਵਰ ਕਰਕੇ ਜੁੜ ਜਾਏਗਾ ਮੈਨੂੰ ਵਿਸ਼ਵਾਸ ਹੈ ਕਿਉਂਕਿ ਮੇਰੇ ਦਿਨ ਦਾ ਸੁਪਨਾ ਹੈ ਰਾਤ ਦਾ ਨਹੀਂ ਪਰ ਤੂੰ ਕਿਹੜਾ ਪਾਉਂਦਾ ਤੂੰ ਮੇਰੇ ਦਿਨ ਦੇ ਸੁਪਨੇ ਨੂੰ ਨਿਰਾਸ਼ ਕਰਨਾ ਤੇ ਕਹਿੰਦਾ ਜਿਹੜਾ ਤੂੰ ਇਹ ਸੋਚ ਕੇ ਤੁਰਿਆ ਹੈ ਨਾ ਇਹ ਤਾਂ ਤੇਰੇ ਦਿਨ ਦੇ ਸੁਪਨੇ ਵੇਖਣ ਵਾਲੀ ਗੱਲ ਪਰ ਭਲਿਆ ਦਿਨ ਦੇ ਸੁਪਨੇ ਦੇਖਣੇ ਖੁਸ਼ਕਿਸਮਤ ਲੋਕਾਂ ਦਾ ਕੰਮ ਹੈ ਬਲਵਾਨ ਲੋਕਾਂ ਦਾ ਕੰਮ ਹੈ ਦਿਨ ਦੇ ਸੁਪਨੇ ਦੇਖਣੇ ਜਾਗਰਤ ਲੋਕਾਂ ਦਾ ਕੰਮ ਹੈ ਇਸ ਲਈ ਜਾਗਰਤੀ ਕਾਫਲਾਈ ਨਾਲ ਤੁਰੇਗਾ ਕਿਉਂਕਿ ਦਿਨ ਦੇ ਸੁਪਨੇ ਨਾਲ ਉਹ ਹੀ ਤੁਰਦੇ ਨੇ ਰਾਤ ਦੇ ਸੁਪਨੇ ਵੇਲੇ ਤਾਂ ਕੋਈ ਵੀ ਨਹੀਂ ਹੁੰਦਾ ਦਿਨ ਦਾ ਸੁਪਨਾ ਮਹਾਨ ਹੈ ਦਿਨ ਦਾ ਸੁਪਨਾ ਜਾਗਰਤੀ ਹੈ ਦਿਨ ਦਾ ਸੁਪਨਾ ਬਲਵਾਨ ਆਤਮਾ ਦੀ ਨਿਸ਼ਾਨੀ ਹੈ ਉਹ ਬਲ ਜਿਹੜਾ ਸਤਿਗੁਰੂ ਕੋਲੋਂ ਮਿਲਦਾ ਹੈ ਅਤੇ ਕਹਿੰਦਾ ਹੈ ਰੱਤੇ ਸਹੀ ਜੇ ਮੁੱਖ ਨਾ ਮੋੜਨ ਜਿੰਨੀ ਸੰਜਾਤਾ ਸਾਈਂ ਝੜ ਝੜ ਪਵਨ ਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ ਇੱਕ ਖਿਆਲ ਕਰ ਤੈਨੂੰ ਪਤਾ ਹੋਵੇ ਮੇਰਾ ਸੁਪਨਾ ਹੀ ਸੁਪਨਾ ਨਹੀਂ ਰਾਤ ਦੇ ਸੁਪਨੇ ਵਿੱਚ ਰਹਿਣ ਵਾਲਾ ਮਨੁੱਖ ਦਿਨ ਦੇ ਸੁਪਨੇ ਵਾਲਿਆਂ ਨੂੰ ਕੀ ਜਾਣੇ ਕਿਉਂਕਿ ਉਹ ਤਾਂ ਸੁੱਤਾ ਪਿਆ ਜਾਗਦੇ ਹੀ ਜਾਣਦੇ ਨੇ ਦਿਨ ਦੇ ਸੁਪਨਿਆਂ ਨੂੰ ਗੁਰੂ ਕਹਿੰਦੇ ਨੇ ਰਾਤ ਦੇ ਸੁਪਨੇ ਵਾਲੇ ਨੂੰ ਮੁਖਾਤਬ ਕਰਕੇ ਕਹਿੰਦੇ ਨੇ ਬਿਖੇ
ਜਾਗਰਤੀ ਵਿੱਚ ਆਓ, ਜਾਗਰਤੀ ਦੇ ਸੁਪਨੇ ਜਿਹੜੇ ਨੇ ਉਹ ਨਿਰਾਸ਼ਤਾ ਨਹੀਂ ਦਿੰਦੇ, ਸੰਘਰਸ਼ ਦਿੰਦੇ, ਕਿਉਂਕਿ ਜਾਗ ਕੇ ਲਏ ਹੋਏ ਚਾਨਣ ਵਿੱਚ ਲਏ ਹੋਏ ਸੁਪਨੇ ਜਿਹੜੇ ਨੇ ਕੁਛ ਕਰਨਾ ਮੰਗਦੇ ਨੇ। ਨੀਂਦ ਦੇ ਸੁਪਨੇ ਕੁਛ ਕਰਨਾ ਨਹੀਂ ਮੰਗਦੇ, ਉੱਥੇ ਹੋ ਹੀ ਕੁਝ ਨਹੀਂ ਸਕਦਾ, ਨਾ ਉਹ ਸਾਕਾਰ ਹੁੰਦੇ ਨੇ। ਜਾਗਰਤੀ ਦੇ ਸੁਪਨੇ ਹੀ ਸਾਕਾਰ ਹੁੰਦੇ ਨੇ, ਪਰ ਕੁਛ ਕਰਨਾ ਮੰਗਦੇ ਨੇ। ਉਹ ਕਰਨ ਲੱਗਿਆਂ ਕਈ ਲੋਕ ਪਰੇਸ਼ਾਨ ਵੀ ਹੁੰਦੇ ਨੇ। ਇਸ ਲਈ ਆਪਣੇ ਸੁਪਨੇ ਨੂੰ ਤੁਹਾਡੇ ਸਾਹਮਣੇ ਰੱਖ ਦਿੱਤਾ ਕਿ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਰ ਸਿੱਖ ਦੇ ਜੀਵਨ ਦਾ ਆਧਾਰ ਹੋਵੇ। ਇਹਦੇ ਲਈ ਕਦਮ ਵਧਾਓ, ਜਾਗ ਕੇ ਚੱਲੋ। ਨੀਂਦ ਨੂੰ ਅਗਿਆਨਤਾ ਦੀ ਨੀਂਦ ਵਿੱਚ ਬੜੀ ਦੇਰ ਸੌ ਰਿਹਾ ਅਤੇ ਜਦੋਂ ਸੁੱਤੇ ਸਾਂ ਘਰ ਵਿੱਚ ਚੋਰ ਵੀ ਆਏ, ਘਰ ਲੁੱਟਿਆ ਵੀ ਗਿਆ, ਇੱਥੇ ਦੇਵੀ ਦੇਵਤੇ ਵੀ ਆ ਗਏ, ਇੱਥੇ ਸ਼ਿਵਾਂ ਦੀ ਪੂਜਾ ਵੀ, ਹਰਿਮੰਦਰ ਸਾਹਿਬ ਵਰਗੇ ਅਸਥਾਨ ਦੀਆਂ ਪਰਿਕਰਮਾ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ, ਇੱਥੇ ਮੂਰਤੀਆਂ ਦੇ ਪ੍ਰਕਾਸ਼ ਹੈ, ਉੱਥੇ ਆਰਤੀ ਹੁਣ ਵੀ ਹੁੰਦੀਆਂ ਨੇ ਕਈ ਥਾਵਾਂ 'ਤੇ। ਪਰ ਜੇ ਜਾਗੋਗੇ ਨਹੀਂ ਤਾਂ ਚੋਰ ਆਉਣਗੇ। ਨਾਨਕ ਸੁੱਤੀ ਪਈ ਹੈ ਜਾਨ ਬਿਰਤੀ ਸਨ, ਜੇ ਜਾਗੋਗੇ ਨਹੀਂ ਤਾਂ ਇਹ ਕੁਝ ਹੋਏਗਾ। ਜਾਗ ਕੇ ਕੁਝ ਕਰਨ ਲੱਗਿਆਂ ਕਈ ਵਾਰ ਪਰੇਸ਼ਾਨੀ ਵੀ ਹੁੰਦੀ ਹੈ, ਉਸ ਤੋਂ ਨਾ ਘਬਰਾਓ। ਇੱਕ ਫੈਸਲਾ ਕਰੋ ਕਿ ਸਾਡੇ ਜੀਵਨ ਵਿੱਚ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਧਾਰ ਹੈ, ਕੋਈ ਸਾਡਾ ਬਾਣੀ ਤੋਂ ਬਾਹਰ ਦਾ ਨਿਤਨੇਮ ਨਹੀਂ, ਕੋਈ ਸਾਡੀ ਬਾਣੀ ਤੋਂ ਬਾਹਰ ਦਾ ਅੰਮ੍ਰਿਤ ਨਹੀਂ, ਕੋਈ ਸਾਡਾ ਗੁਰਬਾਣੀ ਤੋਂ ਬਾਹਰ ਦੀ ਕੋਈ ਅਰਦਾਸ। ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਹਾਨੂੰ ਘਾਟ ਨਜ਼ਰ ਆਉਂਦੀ ਕਿ ਅਸੀਂ ਬਾਹਰੋਂ ਕੁਛ ਮੰਗਦੇ ਫਿਰੀਏ? ਆਦਰਾ ਅਰਦਾਸ ਬਾਰੇ ਸਪਸ਼ਟ ਕੀਤਾ ਪਿਛਲੇ ਦਿਨਾਂ ਵਿੱਚ ਕਿ ਜਿਹੜੀਆਂ ਚੀਜ਼ਾਂ ਗੁਰਬਾਣੀ ਤੋਂ ਬਾਹਰੋਂ ਲੈ ਕੇ ਸਾਡੇ ਵਿੱਚ ਸਮੇਂ ਬਾ ਸਮੇਂ ਸਾਡੇ ਨੀਂਦ ਦੇ ਕਾਰਨ, ਅਵੇਸਲੇਪਣ ਕਾਰਨ ਸਾਡੇ ਘਰ ਵਿੱਚ ਚੋਰ ਵਾਂਗੂ ਪ੍ਰਵੇਸ਼ ਕਰ ਗਈਆਂ ਨੇ, ਭਾਵੇਂ ਉਹ ਠੀਕ, ਮੈਂ ਤੁਹਾਨੂੰ ਹੁਣੇ ਇੱਕ ਲਫ਼ਜ਼ ਕਹਿ ਸਕਦਾ ਕਿ ਰਾਤ ਦੇ ਸੁਪਨੇ ਵਿੱਚ ਤਾਂ ਰੱਬ ਵੀ ਮਿਲਿਆ, ਇਹ ਬਿਲਕੁਲ ਨਹੀਂ ਰਹਿ ਗਈ। ਕਈ ਚੀਜ਼ਾਂ ਕਈ ਗੱਲਾਂ ਚੰਗੀਆਂ ਆਖ ਕੇ ਵਿੱਚ ਪ੍ਰਵੇਸ਼ ਕਰ ਗਏ, ਪਰ ਕੀਤੀਆਂ ਕਿਉਂ? ਕਿਉਂਕਿ ਇਹ ਇਹਨਾਂ ਨੂੰ ਗੁਰਬਾਣੀ ਸਮਝ ਲਵੇ ਅਤੇ ਗੁਰਬਾਣੀ ਦੀ ਥਾਂ ਲੈ ਲੈਣ। ਮੈਂ ਤਾਂ ਕਹਿੰਦਾ ਆਹ ਵੀ ਇੱਕ ਬੜੀ ਵੱਡੀ ਅਧੋਗਤੀ ਸੀ ਕਿ ਅਸੀਂ ਗੁਰਬਾਣੀ ਦੇ ਗੁਟਕਿਆਂ ਵਿੱਚ ਅਰਦਾਸ ਛਾਪ ਦਿੱਤੇ। ਕਿੱਡੀ ਵੱਡੀ ਭੁੱਲ ਸੀ ਅਰਦਾਸ, ਕਿਉਂਕਿ ਗੁਰੂ ਦੀ ਕਿਰਤ ਹੈ ਨਹੀਂ, ਇਹ ਤਾਂ ਸਾਡੀ ਤੁਹਾਡੀ ਕਿਰਤ ਹੈ। ਵੀ ਪੰਜੀ ਆਦਮੀਆਂ ਨੇ ਜਿਨ੍ਹਾਂ ਨੇ ਮਿਲ ਕੇ ਜਿਹੜੇ ਇਕਣੀ ਹੋ ਸਕੇ ਸਾਰੀ ਕਹਾਣੀ ਪੜ੍ਹਨੀ ਹੋਵੇ ਪੜ੍ਹ ਸਕਦੇ। ਅਜੇ ਪਿਛਲੇ ਦੋ ਦਿਨਾਂ ਵਿੱਚ ਹੀ ਪ੍ਰੋਫੈਸਰ ਕਸ਼ਮੀਰਾ ਸਿੰਘ ਨੇ ਸਾਰੀ ਖੋਜ ਕਰਕੇ ਇੱਕ ਇੱਕ ਤਾਰੀਖ ਨਾਲ ਇੱਕ ਇੱਕ ਵਿਅਕਤੀ ਦੇ ਨਾਮ ਲਿਖ ਕੇ ਹਿਸਟਰੀ ਲਿਖੀ ਹੈ ਕਿ ਇਹ ਕਿਵੇਂ ਸਭ ਕੁਝ ਬਣਿਆ। ਦੇ ਸਕਣਾ ਇੱਥੇ ਵੀ ਪਈ, ਮੈਂ ਪ੍ਰਿੰਟ ਕੱਢ ਕੇ ਰੱਖਿਆ, ਉਹ ਚੀਜ਼ ਸਾਹਮਣੇ ਆ ਗਈ ਕਿਸ ਤਰ੍ਹਾਂ ਇਹ ਚੀਜ਼ਾਂ ਸਾਡੇ ਵਿੱਚ ਪ੍ਰਵੇਸ਼ ਕਰਦੀਆਂ।
ਅਰਦਾਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਰਾਬਰ ਰੱਖ ਦਿੱਤਾ ਗਿਆ। ਮਨੁੱਖੀ ਕਿਰਤ ਉਸੇ ਗੁਟਕੇ ਵਿੱਚ, ਨਿਤਨੇਮ ਦੇ ਗੁਟਕੇ ਵਿੱਚ ਅਰਦਾਸ ਛਪ ਗਈ। ਨਿਤਨੇਮ ਹੋਵੇ ਬਾਣੀ ਦਾ, ਮਤਲਬ ਅਰਦਾਸ ਵੀ ਗੁਰਬਾਣੀ ਦੇ ਬਰਾਬਰ ਹੋ ਗਈ। ਇਹ ਤਾਂ ਮਨੁੱਖੀ ਕਿਰਤ ਹੈ। ਮਨ ਦੀ ਅਵਸਥਾ ਗੁਰੂ ਨਾਲ ਸਾਂਝ ਕਰਨੀ ਹੈ। ਕਿਸੇ ਦੀ ਕੋਈ ਅਰਦਾਸ ਹੈ, ਕਿਸੇ ਦੀ ਕੋਈ ਅਰਦਾਸ ਹੈ, ਅਰਦਾਸ ਬਾਣੀ ਨਹੀਂ। ਹਾਂ, ਗੁਰਬਾਣੀ ਦੀ ਰੋਸ਼ਨੀ ਵਿੱਚ, ਗੁਰਬਾਣੀ ਦੀ ਅਗਵਾਈ ਵਿੱਚ ਅਰਦਾਸ ਦੀ ਸ਼ਬਦਾਵਲੀ ਬਣਨੀ ਚਾਹੀਦੀ ਹੈ। ਮਸਲਾ ਤਾਂ ਇਹ ਹੈ, ਅਸੀਂ ਇਸੇ ਲਈ ਗੁਰਬਾਣੀ ਦੀ ਰੋਸ਼ਨੀ ਵਿੱਚ ਕੋਸ਼ਿਸ਼ ਕੀਤੀ ਹੈ। ਜੇ ਕੋਈ ਸ਼ਬਦ ਸਿੰਘ ਇਦੋਂ ਅੱਗੇ ਵੱਧਦਾ, ਸਾਨੂੰ ਕੋਈ ਤਰ੍ਹਾਂ ਤੋਂ ਕੋਈ ਬਾਣੀ ਤਾਂ ਹੈ ਨਹੀਂ, ਇਹ ਤਾਂ ਮਨ ਦੀ ਅਵਸਥਾ। ਪਰ ਇਹਨੂੰ ਗੁਰਬਾਣੀ ਦੇ ਗੁਟਕਿਆਂ ਵਿੱਚ ਛਾਪਣਾ ਵੀ ਗੁਣਾ ਹੈ, ਬਰਾਬਰ ਨਹੀਂ ਰੱਖਣਾ। ਮਨੁੱਖੀ ਕਿਰਤ ਨੂੰ ਅਸੀਂ ਗੁਰਬਾਣੀ ਦੀ ਬਰਾਬਰਤਾ ਨਹੀਂ ਦੱਸਦੇ। ਵੀ ਹੁਣ ਜਦੋਂ 13 ਸਫ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅਸਲ ਨਿਤਨੇਮ ਵਾਲੇ ਗੁਟਕਾ ਹੁਣ ਛਪਵਾਇਆ, ਉਦੋਂ ਮਸਲਾ ਆਇਆ, ਕਹਿੰਦੇ ਵਿੱਚ ਅਰਦਾਸ ਛਪਵਾ ਦੇਈਏ। ਗੁਰਬਾਣੀ ਦੇ ਬਰਾਬਰ ਨਹੀਂ ਅਸੀਂ ਮਨੁੱਖੀ ਕਿਰਤ ਨੂੰ ਰੱਖ ਸਕਦੇ। ਇਹ ਤਾਂ ਰੋਜ਼ ਬਦਲਦੀ, ਕੱਲੋ ਦੂਜੇ ਦਾ ਖਿਆਲ ਬਦਲ ਸਕਦਾ ਹੈ। ਅਰਦਾਸ ਮਨ ਦੀ ਅਵਸਥਾ ਹੈ, ਕੋਈ ਗਰਜ਼ ਨਹੀਂ। ਸਿਰਫ ਰੱਖ ਇੱਕੋ ਸ਼ਬਦ ਦੇ ਥੱਲੇ ਕਿ ਜੋ ਗੁਰਬਾਣੀ ਦੀ ਅਗਵਾਈ ਹੈ। ਗੁਰਬਾਣੀ ਦੇ ਵਿੱਚ ਕੋਈ ਤੂੰ ਆਪਣੀ ਚੀਜ਼ ਨਹੀਂ ਪਾ ਸਕਦਾ। ਇਸ ਨਿਯਮ ਨੂੰ ਤੋੜਨ ਵਾਸਤੇ ਹੀ ਕੁਝ ਲਾਈਨਾਂ ਪਾਈਆਂ ਗਈਆਂ, ਜਿਹਦੇ ਵਿੱਚ ਹੀ ਇਹ ਤੁਕ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਹੁਣ ਲੋਕ ਆਮ ਤਾਂ ਸੰਗਤ ਇਹ ਸਮਝੇਗੀ, ਇਹ ਵੀ ਗੁਰਬਾਣੀ ਦੀ ਲਾਈਨ ਹੈ। ਗੁਰਬਾਣੀ ਦੀ ਲਾਈਨ ਹੈ ਨਹੀਂ, ਨਾਨਕ ਸ਼ਬਦ ਵਰਤਿਆ ਗਿਆ ਧੋਖਾ ਕਰਨ ਵਾਸਤੇ, ਬਹੁਤ ਲਾਈ ਗਈ। ਗੁਰਬਾਣੀ ਵਿੱਚ ਹੈ ਨਹੀਂ, ਪਰ ਗੁਰਬਾਣੀ ਦੀ ਬਰਾਬਰਤਾ ਰੱਖ ਕੇ ਲੋਕ ਕਰ ਕਰਕੇ। ਅਸੀਂ ਚਾਹੁੰਦੇ ਹਾਂ ਇਸ ਅਸਥਾਨ ਤੋਂ ਸਪਸ਼ਟ ਅਤੇ ਸਿੱਧਾ ਗੁਰਬਾਣੀ ਨਾਲ ਜੋੜਿਆ ਜਾਏ। ਇਸ ਲਈ ਗੁਰਬਾਣੀ ਦੀ ਲਾਈਨ ਅਖੀਰ 'ਤੇ ਵੀ ਪਾ ਦਿੱਤੀ ਕਿ ਗੁਰਬਾਣੀ ਵਿੱਚ ਕੁਝ ਨਹੀਂ, ਜੋੜਾ ਸੌਖਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਆਖੇ ਸਰਬੱਤ ਦਾ ਭਲਾ। ਮੈਂ ਕਹਿੰਦਾ ਉਹ ਗੁਰਬਾਣੀ ਵਿੱਚ ਨਹੀਂ। ਅਸੀਂ ਲੋਕਾਂ ਵਿੱਚ ਇਹ ਭੁਲੇਖਾ ਕਿਉਂ ਪਾਈਏ ਵੀ ਜਿਹੜਾ ਮਰਜ਼ੀ ਕੋਈ ਆਪਣੀ ਲਾਈਨ ਲਿਖ ਕੇ ਨਾਨਕ ਸ਼ਬਦ ਪਾਵੇ ਅਤੇ ਗੁਰਬਾਣੀ ਦੇ ਵਿੱਚ ਸ਼ਾਮਿਲ ਕਰ ਦੇਵੇ। ਇਹ ਗੱਲ ਤਾਂ ਦੁਹਰਾਵੇ ਖੁਦ ਬੱਚੇ ਨੇ ਆਖਿਆ ਸੀ ਕਿ ਅਰਦਾਸ ਤੋਂ ਪਹਿਲਾਂ ਪਿਛਲੇ ਦਿਨਾਂ ਵਿੱਚ ਆ ਚੁੱਕੀ ਹੈ ਜਿਹੜੇ ਵੀ ਆਏ ਨੇ। ਮੈਂ ਆਪਣੀ ਹੱਡ ਬੀਤੀ ਸੁਣਾਈ ਸੀ ਕਿ ਅੱਜ ਤੋਂ ਇਹ 40 ਸਾਲ ਪੁਰਾਣੀ ਗੱਲ ਹੈ ਕਿ ਮਾਡਲ ਟਾਊਨ ਸਿੰਘ ਸਭਾ ਕੀਰਤਨ ਕਰਨਾ ਸ਼ੁਰੂ ਕੀਤਾ। ਬਾਬਾ ਮਹਿਤਾਬ ਸਿੰਘ ਉੱਥੇ ਪ੍ਰੈਜੀਡੈਂਟ ਹੁੰਦੇ ਸਨ, ਪਿਛਲੀ ਵਾਰ ਸੁਣਾਈ ਸੀ, ਇਹ ਨਾਲ ਸਟੇਜ 'ਤੇ ਬੈਠਦੇ ਸਨ, ਬੜੇ ਗੁਰਬਾਣੀ ਦੇ ਗਿਆ ਤਾਂ। ਜਦੋਂ ਪ੍ਰਮਾਣ ਦਿੰਦਾ ਦਿੰਦਾ ਮੈਂ ਇਸ ਥਾਂ 'ਤੇ ਪਹੁੰਚਿਆ, ਆਪੇ ਪੱਟੀ ਕਲਮਾ ਉੱਪਰਲੇ ਵੇ ਤੂੰ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂੰ, ਅਤੇ ਅਗਲਾ ਪ੍ਰਮਾਣ ਦਿੱਤਾ ਦੂਜਾ ਕਾਹੇ ਸਿਮਰੀਏ ਜਮਲ ਅਤੇ ਮਰਜਾ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਨ। ਉੱਥੇ ਬੈਠੇ ਬੋਲ ਮੈਂ ਭਾਈ ਸਾਹਿਬ ਬਾਣੀਓ ਬਾਹਰ ਨਾ ਜਾਓ। ਮੈਂ ਬੜਾ ਹੈਰਾਨ ਹੋਇਆ, ਮੈਂ ਤਾਂ ਆਪ ਵੱਲੋਂ ਗੁਰਬਾਣੀ ਦੀ ਲੈਣੀ ਪੜ੍ਹੀ। ਸਮੇਂ ਸਮੇਂ ਨਾਲ ਜਿਉਂ ਜਿਉਂ ਸਟੱਡੀ ਹੁੰਦੀ ਤਿਉਂ ਤਿਉਂ ਮਨੁੱਖ ਦੀ ਗਿਆਨ ਬਿਰਤੀ ਹਮੇਸ਼ਾ ਵਧਣੀ ਚਾਹੀਦੀ ਹੈ। ਮੈਂ ਆਖਿਆ ਬਾਬਾ ਜੀ ਗੁਰਬਾਣੀ ਦੀ ਲਾਈਨ ਨਹੀਂ, ਗੁਰਬਾਣੀ ਦੀ ਲਾਈਨ ਨਹੀਂ, ਗੁਰਬਾਣੀ ਤੋਂ ਬਾਹਰ ਨਹੀਂ ਜਾਣਾ। ਮੈਂ ਉਹਨਾਂ ਨੂੰ ਦੋ ਕੁ ਵਾਰੀ ਤਾਂ ਆਖਿਆ ਵੀ ਗੁਰਬਾਣੀ ਵਿੱਚੋਂ ਹੀ ਹੈ ਕਿਉਂਕਿ ਲਫਜ਼ ਵੀ ਸਨ, ਦੂਜਾ ਕਾਇਆ ਸਿਮਰੀਏ ਜਮਲ ਅਤੇ ਮਰਜਾ ਇੱਕੋ ਸਿਮਰੋ ਨਾਨਕਾ ਜੀ ਜਲ ਥਲ ਰਿਹਾ ਸਮਾਜ। ਇਹ ਗੁਰਬਾਣੀ ਦੀ ਵਡਾ ਕੇ ਲਾਈਨ ਵਿੱਚ ਪ੍ਰਵੇਸ਼ ਕਰ ਗਈ। ਅੱਜ ਵੀ ਤੁਸੀਂ ਨਾਨਕ ਸਾਹਿਬ ਦੇ ਟਕਸਾਲ ਦੇ ਗੁਟਕੇ ਲੈ ਲਓ ਰਿਆਸ ਦੇ, ਉਹਦੇ ਵਿੱਚ ਇਹ ਤੁਕ ਲਿਖੀ ਹੋਈ ਹੈ, ਅੱਜ ਵੀ ਦੇਖ ਸਕਦੇ ਹੋ। ਗੁਰਬਾਣੀ ਦੀ ਥਾਂ ਲੈ ਬੈਠੀ ਪੜ੍ਹ ਪੜ੍ਹ ਕੇ ਸਾਨੂੰ ਮਹਿਸੂਸ ਹੀ ਨਹੀਂ ਹੁੰਦੀ। ਜਦੋਂ 2-3 ਵਾਰ ਮੈਂ ਉਹਨਾਂ ਨੂੰ ਆਖ ਕੇ ਫਿਰ ਮੈਂ ਚੁੱਪ ਕਰ ਗਿਆ, ਸਟੇਜ 'ਤੇ ਬੈਠਾ ਸਾਂ, ਕੀਰਤਨ ਹੋ ਗਿਆ। ਘਰ ਜਾ ਕੇ ਮਨ ਅੰਦਰ ਖਿਆਲ ਆਇਆ ਵੀ ਦੇਖਾਂ ਤਾਂ ਸਹੀ, ਉਦੋਂ ਆ ਹੁਣ ਵਾਲੇ ਇੰਟਰਨੈਟ 'ਤੇ ਹੈ ਨਹੀਂ ਸਰ, ਉਦੋਂ ਗੁਰੂ ਸ਼ਬਦ ਰਤਨ ਪ੍ਰਕਾਸ਼ ਅਕਾਲੀ ਕੌਰ ਸਿੰਘ ਦਾ ਲਿਖਿਆ ਹੋਇਆ ਜਿਹੜਾ ਸ਼ਬਦ ਤੁਕ ਤਤ ਕਰਿਆ ਸੀ ਉਹ ਹੁੰਦੇ ਸਨ, ਉਹ ਲਿਆਂਦਾ, ਸਾਰਾ ਪਾਲਿਆ, ਬਾਰ ਬਾਰ ਪਾਲਿਆ, ਉਹਦੇ ਵਿੱਚੋਂ ਲੈ ਨਹੀਂ ਕੋਈ ਨਾ। ਤਾਂ ਮਨ ਅੰਦਰ ਵਿਸ਼ਵਾਸ ਆਇਆ ਕਿ ਬਜ਼ੁਰਗ ਬਾਬਾ ਮਹਿਤਾਬ ਸਿੰਘ ਸੱਚਾ ਸੀ, ਮੇਰੀ ਗੱਲ ਸੀ, ਇਹ ਮੇਰੀ ਹੱਡ ਬੀਤੀ ਹੈ। ਸੋ ਕੁਛ ਲਾਈਨਾਂ ਇਹਨੂੰ ਸਾਡੇ ਵਿੱਚ ਪ੍ਰਵੇਸ਼ ਕਰ ਰਹੀਆਂ ਨੇ, ਜਿਹੜੀਆਂ ਕੁਝ ਸਮੇਂ ਬਾਅਦ ਜੇ ਮੇਰੇ ਵਰਗਾ ਆਦਮੀ ਭੁੱਲ ਸਕਦਾ, ਜਿਹਦਾ ਕੰਮ ਹੀ ਗੁਰਬਾਣੀ ਦੇ ਵਿਚਾਰਨਾ ਪੜ੍ਹਨਾ ਸੀ, ਤਾਂ ਭਲਾ ਆਮ ਕੌਮ ਦਾ ਬੱਚਾ ਕਿਵੇਂ ਨਹੀਂ ਭੁੱਲੇਗਾ? ਉਹ ਤਾਂ ਕਹਿਣਗੇ ਗੁਰਬਾਣੀ।
ਇਸ ਲਈ ਤਾਂ ਉਸ ਮਤਲਬ ਕਿ ਅਸੀਂ ਸਿਰਫ ਗੁਰਬਾਣੀ 'ਤੇ ਲਿਆਉਣਾ ਚਾਹੁੰਦੇ ਹਾਂ ਕਿ ਸਿੱਖੀ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਨਾਲ ਜੁੜੇ ਤਾਂ ਹੀ ਸਾਡਾ ਜੀਵਨ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ। ਉਹਦੀ ਥਾਂ 'ਤੇ ਜਿਹੜੀ ਲਾਈਨ ਪਾਈ ਹੈ ਅਖੀਰ 'ਤੇ ਉਹ ਹੈ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਦੀ ਅਰਦਾਸ। ਇਹ ਆਖਰੀ ਲਾਈਨ ਹੈ। ਇਸ ਲਈ ਕੁਝ ਵੀਰ ਭੈਣਾਂ ਜਿਹੜੇ ਨਵੇਂ ਆਏ ਹੋਏ ਨੇ ਕਿਤੇ ਇਹ ਨਾ ਸੋਚਦੇ ਰਹਿਣ ਵੀ ਮੱਥਾ ਟੇਕਾਂਗੇ ਜਦੋਂ ਨਾਨਕ ਨਾਮ ਆਵੇਗਾ। ਇਸ ਤੁਕ 'ਤੇ ਆਪਾਂ ਨਮਸਕਾਰ ਕਰਨੇ। ਵਾਹਿਗੁਰੂ ਜੀ ਕਾ ਖਾਲਸਾ।